ਜਿੰਦਾਬਾਦ, ਮੁਹੰਮਦ ਸਦੀਕ ਜਿੰਦਾਬਾਦ, ਸੋਨੀਆ ਗਾਂਧੀ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ, ਪ੍ਰਿਯੰਕਾ ਗਾਂਧੀ ਜਿੰਦਾਬਾਦ, ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ, ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜਿੰਦਾਬਾਦ, ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜਿੰਦਾਬਾਦ, ਜੈ ਨੈਸ਼ਨਲ ਕਾਂਗਰਸ ਜਿੰਦਾਬਾਦ, ਸ਼੍ਰੀਮਤੀ ਸੋਨੀਆ ਗਾਂਧੀ ਜਿੰਦਾਬਾਦ, ਸ਼੍ਰੀਮਤੀ ਸੋਨੀਆ ਗਾਂਧੀ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ, ਮੁਹੰਮਦ ਸਦੀਕ ਜਿੰਦਾਬਾਦ, ਮੁਹੰਮਦ ਸਦੀਕ ਜਿੰਦਾਬਾਦ, ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜਿੰਦਾਬਾਦ, ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜਿੰਦਾਬਾਦ। ਅਸੀਂ ਮੁਹੰਮਦ ਸਦੀਕ ਜਿਹੜੀ ਅਕਾਲੀ ਸਰਕਾਰ ਹੈ ਇਹਨੇ ਵੱਧ ਤੋਂ ਕਿੰਨੀਆਂ ਬੇਅਦਬੀਆਂ ਕੀਤੀਆਂ, ਇਹ ਬੇਅਦਬੀਆਂ ਦੇ ਵਰਖਿਲਾਫ਼ ਲੋਕ ਫਤਵਾ ਦੇਣਗੇ, ਨਸ਼ੇ ਦੇ ਵਰਖਿਲਾਫ਼ ਆ ਲੋਕ, ਨਸ਼ਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਆਪਦੇ ਅਕਾਲੀ ਦਲ ਦੀ ਸਰਕਾਰ ਤੋਂ 10 ਸਾਲਾਂ ਦੇ ਦਰਮਿਆਨ ਬਹੁਤ ਫਸਾਇਆ, ਉਸ ਨੂੰ ਇਹ ਨੋਟ ਮੋਦੀ ਸਾਹਿਬ ਨੇ ਨੋਟਬੰਦੀ ਕੀਤੀ, ਇਸ ਦੇ ਵਰਖਿਲਾਫ਼ ਲੋਕਾਂ ਨੇ ਆਪਦਾ ਜਜ਼ਬਾ ਦਿਖਾਉਣਗੇ ਅਤੇ ਇਹਨਾਂ ਦੇ ਵਰਖਿਲਾਫ਼ ਬਹੁਤ ਜ਼ਿਆਦਾ ਸਾਨੂੰ ਬਾਜ਼ਾਰ 'ਚ ਬਹੁਤ ਭਰਮੀ ਅਮੈਦ ਮਿਲ ਰਹੀ ਹੈ ਜੀ, ਹਰੇਕ ਬੰਦਾ ਸਾਨੂੰ ਇੰਨੀ ਅਮੈਦ ਦੇ ਰਿਹਾ ਵੀ ਸਦੀਕ ਸਾਹਿਬ ਨੂੰ ਪੰਜੇ 'ਤੇ ਮੋਹਰਾਂ ਲਾ। ਸਾਡਾ ਮੁੱਖ ਨਿਸ਼ਾਨਾ ਇਹ ਹੈ ਕਿ ਅਸੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ, ਜਿਹੜੇ ਕਹਿੰਦੇ ਹੈ ਵੀ ਨੌਜਵਾਨ ਪ੍ਰਧਾਨ ਮੰਤਰੀ ਸਿਹਤਮੰਦ ਭਾਰਤ ਬਣ ਕੇ ਰਹੇਗਾ, ਬਣ ਕੇ ਰਹੇਗਾ, ਨੌਜਵਾਨ ਪ੍ਰਧਾਨ ਮੰਤਰੀ ਸਿਹਤਮੰਦ ਭਾਰਤ ਬਣ ਕੇ ਰਹੇਗਾ।